ਆਪਾਂ ਸਭ ਜਾਣਦੇ ਆਂ ਵੀ ਆਪਣੇ ਘਰ ਚਿੜੀ ਜਨੌਰ ਜਾਂ ਕੁੱਤਾ ਬਿੱਲੀ ਆਮ ਕਰਕੇ ਆ ਜਾਂਦੇ ਨੇ ਪਰ ਆਪਾਂ ਉਹਨਾਂ ਵੱਲ ਕਦੀ ਕਿਸੇ ਚੀਜ਼ ਦਾ ਧਿਆਨ ਨਹੀਂ ਦਿੰਦੇ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਬਿੱਲੀ ਕਾਂ ਤੇ ਕੁੱਤਾ ਐਵੇਂ ਦੇ ਜਾਨਵਰ ਨਹੀਂ ਜੋ ਆਪਾਂ ਨਹੀਂ ਦੇਖ ਸਕਦੇ ਇਹ ਉਹਨਾਂ ਚੀਜ਼ਾਂ ਨੂੰ ਵੀ ਵੇਖ ਸਕਦੇ ਨੇ ਜੇਕਰ ਤੁਹਾਡੇ ਘਰ ਵਾਰ-ਵਾਰ ਬਿੱਲੀ ਆਉਂਦੀ ਹੈ ਤਾਂ ਉਹ ਤੁਹਾਨੂੰ ਇਹ ਸੰਕੇਤ ਦੇ ਰਹੀ ਉਨਾਵਲ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਜੇਕਰ ਤੁਹਾਡੇ ਘਰੋਂ ਬਿੱਲੀ ਕੋਈ ਸਮਾਨ ਚੋਰੀ ਕਰਕੇ ਲੈ ਜਾਂਦੀ ਹੈ ਜਾਂ ਮੂੰਹ ਵਿੱਚ ਪਾ ਕੇ ਲੈ ਜਾਂਦੀ ਕੁਝ ਲੋਕਾਂ ਦਾ ਮੰਨਣਾ ਕਿ ਤੁਹਾਡੀ ਖੁਸ਼ੀ ਦੇ ਦਿਨ ਆਉਣ ਵਾਲੇ ਨੇ ਉਹ ਤੁਹਾਡਾ ਦੁੱਖ ਦਰਦ ਹਰ ਕੇ ਲੈ ਕੇ ਜਾ ਰਹੀ ਹੈ ਅਗਲੀ ਗੱਲ ਕਹਿੰਦੇ ਜੇਕਰ ਬਿੱਲੀ ਘਰ ਵਿੱਚ ਆ ਕੇ ਵਾਰ-ਵਾਰ ਰੋਂਦੀ ਹੈ ਤਾਂ ਇਹ ਥੋੜੀ ਜਿਹੀ ਸਤਰਕ ਹੋਣ ਵਾਲੀ ਚੀਜ਼ ਹੈ ਕੋਈ ਘਰ ਦਾ ਜੀ ਬਿਮਾਰ ਹੋਣ ਵਾਲਾ ਜਾਂ ਕੋਈ ਆਰਥਿਕ ਨੁਕਸਾਨ ਹੋਣ ਵਾਲਾ ਇਸ ਸਮੇਂ ਹੋ ਸਕੇ ਤਾਂ ਬਿੱਲੀ ਨੂੰ ਦੁੱਧ ਜ਼ਰੂਰ ਪਿਾਓ ਦਾਨ ਪਉਣ ਜ਼ਰੂਰ ਕਰੋ ਅਗਲੀ ਗੱਲ ਕਹਿੰਦੇ ਜੇਕਰ ਬਿੱਲੀ ਕੋਈ ਸ਼ੈ ਤੁਹਾਡੇ ਘਰ ਲੈ ਕੇ ਆਵੇ ਜਾਂ ਮਾਰ ਕੇ ਜਾਂ ਮਾਸ ਦਾ ਟੁਕੜਾ ਹੀ ਛੱਟ ਜਾਵੇ ਤਾਂ ਕਿਸੇ ਦਾ ਦੁੱਖ ਦਰ ਤੁਹਾਡੇ ਹਿੱਸੇ ਉੱਛੜ ਕੇ ਚਲੇਗੀ ਉਸ ਸਮੇਂ ਦਾਨ ਪਉਣ ਜ਼ਰੂਰ ਕਰੋ ਕੋਈ ਵੀ ਰਸਨਾ ਤੋਂ ਮਾੜਾ ਸ਼ਬਦ ਨਾ ਬੋਲੋ ਕਿਸੇ ਲਈ ਜੇਕਰ ਤੁਸੀਂ ਇਦਾਂ ਕਰਦੇ ਹੋ ਤੁਹਾਡੇ মুখ ਤੋਂ ਬੋਲਿਆ ਕੋਈ ਵੀ ਸ਼ਬਦ ਉਹ ਤੁਹਾਡਾ ਨੁਕਸਾਨ ਹੀ ਕਰਾਏਗਾ ਜੇਕਰ ਬਿੱਲੀ ਆਵੇ ਇਹ ਤਿੰਨ ਸੰਕੇਤ ਮਿਲਣ ਤਾਂ ਹਮੇਸ਼ਾ ਸਤਰ ਕਰੋ